ਹਾਂਜੀ ਮਿੱਤਰੋ, ਕਰਜ਼ ਲੈਣਤੀ ਹੈ ਯਾਰ, ਅਤੇ ਨਾਲ ਆਪਾਂ ਲੈਣਤੀ ਹੈ ਮਧਾਣੀ। ਹਾਂਜੀ ਮਿੱਤਰੋ, ਇੰਨਾ ਜੂਸ ਨਿਕਲਿਆ ਇਹਦੇ ਨਾਲ, ਅਤੇ ਜੇ ਅੱਧਾ ਆਪਣੇ ਕੋਲ ਹੋਰ ਹੈਗਾ ਵਾ। ਠੀਕ ਆ, ਚੱਲ ਪੀ ਰਘੂ, ਦੱਸ ਟੇਸਟ ਕਿਵੇਂ ਦਾ? ਪੂਰਾ ਸਵਾਦ ਹੀ ਯਾਰ। ਹਾਈ ਯੂਟਿਊਬ ਫੈਮਿਲੀ, ਕੀ ਹਾਲ ਚਾਲ? ਠੀਕ ਠਾਕ ਸਾਰੇ? ਤੇ ਯਾਰ ਹੁਣੇ ਵੀ ਠੀਕ ਆ ਮਿੱਤਰੋ। ਅੱਜ ਮਿੱਤਰੋ ਬਣਾ ਲੱਗੇ ਆਪਾਂ ਯਾਰ ਵਾਟਰਮੈਲਨ ਜੂਸ, ਹੋਮਮੇਡ। ਹਾਂਜੀ, ਵਾਟਰਮੈਲਨ ਆਪਾਂ ਯਾਰ ਲੈ ਆਏ ਹਾਂ, ਤੁਸੀਂ ਵੇਖ ਸਕਦੇ ਜੇ ਆ ਜੇ ਵਾਟਰਮੈਲਨ 30 ਰੁਪਏ ਦਾ ਆਇਆ ਜੇ ਇੱਕ। ਠੀਕ ਆ, ਅਤੇ ਇਹਦੇ ਨਾਲ ਬਣਾਵਾਂਗੇ ਆਪਾਂ ਹੋਮਮੇਡ ਵਾਟਰਮੈਲਨ ਜੂਸ, ਪੂਰਾ ਟੇਸਟੀ ਬਣਾਵਾਂਗੇ ਹੈ। ਅਤੇ ਦੇਖਦੇ ਹਾਂ ਵਿੱਚ ਕੋਲਡ ਡਰਿੰਕ ਪਾਉਂਦੇ ਹਾਂ ਜਾਂ ਨਹੀਂ ਪਾਉਂਦੇ, ਦੇਖ ਲੈਂਦੇ ਹਾਂ ਯਾਰ ਹੁਣੇ। ਠੀਕ ਆ, ਅਤੇ ਬਾਕੀ ਪੂਰਾ ਅੱਤ ਬਣਾਵਾਂਗੇ ਜੂਸ, ਤੁਹਾਨੂੰ ਟੇਸਟ ਕਰਕੇ ਵਿਖਾਵਾਂਗੇ ਕਿ ਕਿੱਦਾਂ ਦਾ ਟੇਸਟ ਹੈ ਇਹਦਾ, ਸਹੀ ਆ ਜਾਂ ਨਹੀਂ ਆ। ਠੀਕ ਆ, ਅਤੇ ਮਿੱਤਰ ਹੁਣ ਬਲੋਗ ਸਟਾਰਟ ਕਰਦੇ ਹਾਂ। ਜਿਹੜੇ ਚੈਨਲ 'ਤੇ ਨਿਊ ਆ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਜਿਹਨੇ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕੀਤਾ, ਫੋਲੋ ਜ਼ਰੂਰ ਕਰ ਲਿਓ, ਡਿਸਕ੍ਰਿਪਸ਼ਨ 'ਚ ਲਿੰਕ ਮਿਲ ਜੂਗਾ ਤੁਹਾਨੂੰ। ਅਤੇ ਮਿੱਤਰ ਹੁਣ ਬਲੋਗ ਨੂੰ ਕਰਦੇ ਹਾਂ ਸਟਾਰਟ। ਹਾਂਜੀ ਮਿੱਤਰੋ, ਕਰਜ਼ ਲੈਣਤੀ ਹੈ ਯਾਰ, ਅਤੇ ਨਾਲ ਆਪਾਂ ਲੈਣਤੀ ਹੈ ਮਧਾਣੀ। ਇਹਦੇ ਨਾਲ ਆਪਾਂ ਯਾਰ ਘੋਟਾਂਗੇ ਇਹਨੂੰ। ਠੀਕ ਆ, ਐਂ ਕਰਕੇ ਆਪਾਂ ਘੋਟਾਂਗੇ, ਅਤੇ ਇਹਦਾ ਬਣੂਗਾ ਜੂਸ। ਠੀਕ ਜੇ, ਹੁਣ ਸਟਾਰਟ ਕਰਦੇ ਹਾਂ ਵਾਟਰਮੈਲਨ ਦਾ ਜੂਸ ਬਣਾਉਣਾ। ਹਾਂਜੀ ਮਿੱਤਰੋ, ਪਹਿਲਾਂ ਯਾਰ ਇਹਨੂੰ ਆਪਾਂ ਚੰਗੀ ਤਰ੍ਹਾਂ ਉੱਤੋਂ ਕੱਟਦੇ ਹਾਂ, ਪੂਰਾ ਨਾਪ ਕੇ ਕੱਟਣਾ ਵਾ, ਟੇਢਾ ਨਹੀਂ ਜਾਣ ਦੇਣਾ। ਠੀਕ ਆ, ਅਤੇ ਹੁਣ ਕੱਟਦੇ ਹਾਂ ਇਹਨੂੰ ਯਾਰ। ਠੀਕ ਆ ਮਿੱਤਰੋ, ਪੂਰਾ ਸਿੱਧਾ ਕੱਟ ਗਿਆ ਵਾ। ਠੀਕ ਆ, ਹੁਣ ਇੰਨਾ ਇੰਨਾ ਹੈਗਾ ਵਾ, ਮੇਰਾ ਇਰਾਦਾ ਯਾਰ ਥੋੜ੍ਹਾ ਹੋਰ ਕੱਟ ਲਿਆ ਆਪਾਂ। ਠੀਕ ਜੇ, ਥੋੜ੍ਹਾ ਹੋਰ ਕੱਟ ਲੈਂਦੇ, ਇੰਨਾ ਕੁ ਕੱਟ ਲੈਂਦੇ ਜੋ ਕਿ ਮਧਾਣੀ ਵਿੱਚ ਜਾ ਸਕੂਗੀ। ਚਲੋ ਹੁਣ ਠੀਕ ਆ ਮਿੱਤਰੋ, ਨਵਾਉਣਾ ਪੂਰਾ ਘੈਂਟ ਹੈਗਾ ਵਾ। ਠੀਕ ਆ, ਹਰ ਕੋ ਹੁਣ ਪਹਿਲਾਂ ਤਾਂ ਆਪਾਂ ਕਾਚੂ ਮਾਰ ਮਾਰ ਕੇ ਨਾ ਇਹਨੂੰ ਪੋਲਾ ਕਰਾਂਗੇ ਆਪਾਂ ਐਂ ਕਰਕੇ। ਠੀਕ ਆ, ਅਤੇ ਫਿਰ ਜਦੋਂ ਪੋਲਾ ਹੋਜੂਗਾ ਫਿਰ ਆਪਾਂ ਮਧਾਣੀ ਵਾਰ ਦਾਂਗੇ। ਠੀਕ ਆ, ਲੈ ਕੇ ਆਏ ਆਪਾਂ, ਪਰ ਇਹ ਤੇ ਯਾਰ ਤੁਸੀਂ ਵੇਖ ਸਕਦੇ ਇਹਦੇ ਅੰਦਰ ਨਹੀਂ ਜਾਣਦੀ ਯਾਰ, ਲਾਗੋ ਲਾਗੋ ਵੜਦੇ, ਲਾਗੋ ਲਾਗੋ ਵੀ ਨਹੀਂ ਜਾਣੀ, ਚੰਗੀ ਤਰ੍ਹਾਂ ਨਹੀਂ ਜਾਣੀ ਯਾਰ, ਨਹੀਂ ਵੜਦੇ ਨਾ ਲਾਗੋ ਲਾਗੋ ਆ ਕਰੇ। ਤੇ ਹਾਂਜੀ ਮਿੱਤਰੋ, ਜਾਂ ਤੇ ਆਪਾਂ ਯਾਰ ਕਰਦੇ ਆ ਪਤੀਲੇ 'ਚ ਇਹਨੂੰ ਪਾ ਦਿੰਦੇ ਹਾਂ ਸਾਰੇ ਨੂੰ। ਠੀਕ ਆ, ਦਵਾਣੇ ਨੂੰ, ਅਤੇ ਫਿਰ ਪਤੀਲੇ 'ਚ ਆਪਾਂ ਪੂਰਾ ਚੰਗੀ ਤਰ੍ਹਾਂ ਇਹਨੂੰ ਨੱਪਾਂਗੇ। ਠੀਕ ਆ ਮਿੱਤਰੋ, ਪਤੀਲੇ 'ਚ ਪਾਉਂਦੇ ਹਾਂ, ਬਸ ਇੱਕ ਦੋ ਵਾਰੀ ਆਪਾਂ ਮਧਾਣੀ ਹੋਰ ਮਾਰ ਲਈਏ, ਅਤੇ ਫਿਰ ਪਤੀਲੇ 'ਚ ਪਾ ਲਾਂਗੇ। ਠੀਕ ਆ, ਪਤੀਲਾ ਆਪਾਂ ਲੈ ਤਾ ਵਾ ਵੇਖੋ। ਠੀਕ ਆ, ਅਤੇ ਹੁਣ ਪਤੀਲੇ ਵਿੱਚ ਆਪਾਂ ਇਹਨੂੰ ਪਾ ਦਿੰਦੇ ਹਾਂ ਸਾਰੇ। ਠੀਕ ਜੀ, ਇਹ ਵੱਡੇ ਨਾ ਯਾਰ ਇਹਨੂੰ ਰੱਖ ਦਿੰਦੇ ਆਪਾਂ ਇਹਦੇ ਉੱਤੇ।
ਮਾਲ ਵਿੱਚ ਵੀ ਹੈ, ਇਹਨੂੰ ਵੀ ਕੱਢ ਲੈਂਦੇ ਹਾਂ। ਚਿੱਟਾ ਪੈ ਗਿਆ ਤੇ ਚਲੋ ਕੋਈ ਗੱਲ ਨਹੀਂ। ਅਤੇ ਹਾਂਜੀ ਮਿੱਤਰੋ, ਤੁਸੀਂ ਵੇਖ ਸਕਦੇ ਜੇ ਵਿੱਚ ਯਾਰ ਕਾਫੀ ਹੈਗਾ, ਅਜੇ ਤੈਨੂੰ ਵੀ ਆਪਾਂ ਲਾ ਲੈਂਦੇ ਹਾਂ, ਠੀਕ ਆ। ਫਿਰ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ, ਠੀਕ ਹੈ। ਹੁਣ ਮਿੱਤਰੋ ਵਿੱਚ ਮਾਰਦੇ ਆਪਾਂ ਮਧਾਣੀ, ਠੀਕ ਆ। ਆਖੋ ਓਏ ਮਧਾਣੀ ਨਾਲ ਹੋਰ ਕੰਮ ਟਾਇਰਡ ਹੋ ਗਿਆ ਜੀ। ਆ ਫਰਕ ਰੱਖ ਤੂੰ, ਥੱਲੋ ਥੱਲੋ ਫਰਕ ਰੱਖ, ਚੰਗੀ ਤਰ੍ਹਾਂ ਫਰਕ ਰੱਖੀ ਦੋ ਉਹਨਾਂ ਨੂੰ। ਓਏ ਹੋਏ ਹੋਏ, ਹੁਣ ਮਧਾਣੀ ਦਾ ਕੰਮ ਸੈੱਟ ਹੈ ਜੀ। ਮਧਾਣੀ ਨਾਲ ਆਇਆ ਜੇ ਕੰਮ ਸੈੱਟ ਪੂਰਾ। ਮਿੱਤਰ ਹੁਣ ਥੋੜ੍ਹਾ ਖਾਲੀ ਆਇਆ, ਹਜੇ ਹੋਰ ਹੈਗਾ ਵਿੱਚ, ਹਜੇ ਹੋਰ ਕੱਢਣਾ ਆਪਾਂ। ਹੁਣ ਵਿੱਚ ਪਾਉਂਦੇ ਹਾਂ, ਠੀਕ ਹੈ। ਹਾਂਜੀ ਮਿੱਤਰੋ, ਪੂਰਾ ਸਾਫ਼ ਹੋ ਗਿਆ ਅੰਦਰੋਂ, ਤੁਸੀਂ ਦੇਖ ਸਕਦੇ ਯਾਰ, ਠੀਕ ਆ। ਅਤੇ ਹੁਣ ਆਪਾਂ ਇੱਥੇ ਘੋੜਦੇ ਹਾਂ, ਇਹਨੂੰ ਰੱਖ ਦਿੰਦੇ ਹਾਂ ਬਾਹਰ। ਆ ਵੀ ਯਾਰ ਪਾ ਦਿੰਦੇ, ਆ ਵੀ ਹੈਗਾ ਆਪਣੇ, ਠੀਕ ਆ, ਆ ਵੀ ਪਾ ਦਿੰਦੇ ਕੱਟ ਕਰਕੇ। ਹਾਂਜੀ ਮਿੱਤਰੋ, ਹੁਣ ਇਹਨੂੰ ਘੋੜਦੇ ਹਾਂ ਚੰਗੀ ਤਰ੍ਹਾਂ, ਠੀਕ ਹੈ। ਇਹਦੇ ਨਾਲ ਹਾਂਜੀ ਮਿੱਤਰੋ, ਪਤੀਲਾ ਲੈਣਤਾ ਵਾ ਅਤੇ ਚੁੰਨੀ ਵੀ ਲੈਣਤੀ ਆ, ਅਤੇ ਹੁਣ ਆਪਾਂ ਚੁੰਨੀ ਨਾਲ ਇਹਨੂੰ ਢੱਕ ਦਿੰਦੇ ਹਾਂ ਇਹਦੇ, ਠੀਕ ਹੈ। ਅਤੇ ਫਿਰ ਇਹਦੇ ਉੱਤੇ ਪਾ ਦਾਂਗੇ ਆਹ ਜੂਸ, ਫਿਰ ਆਪਾਂ ਹੌਲੀ ਹੌਲੀ ਕੱਢਾਂਗੇ, ਜਿੱਦਾਂ ਆਪਾਂ ਸ਼ਰਧਾਈ ਕੱਢੀ ਦੀ ਨਾ ਯਾਰ, ਉਦਾਂ ਕੱਢਾਂਗੇ, ਠੀਕ ਹੈ। ਇੱਧਰ ਆ ਜਾਓ ਫੜ ਰੱਖ ਲਓ। ਪਹਿਲਾਂ ਇਹਦਾ ਕੱਢ ਲੈਂਦੇ ਮਿੱਤਰੋ, ਠੀਕ ਆ, ਫਿਰ ਬਾਅਦ 'ਚ ਉਹਦਾ ਕੱਢਾਂਗੇ। ਹਾਂਜੀ ਮਿੱਤਰੋ, ਇੰਨਾ ਜੂਸ ਨਿਕਲਿਆ ਇਹਦੇ ਨਾਲ, ਅਤੇ ਅੱਧਾ ਆਪਣੇ ਕੋਲ ਹੋਰ ਹੈਗਾ ਵਾ, ਠੀਕ ਆ।
ਤੇ ਉਹਦਾ ਵੀ ਕੱਢਣਾ ਆਪਾਂ, ਇਹਦਾ ਵੇਖ ਲਓ ਇੰਨਾ ਜੂਸ ਨਿਕਲ ਗਿਆ ਅਤੇ ਹੋਰ ਨਿਕਲਣ ਗਿਆ, ਪੂਰਾ ਸ਼ਰਧਾ ਹੀ ਵਾਂਗੂ ਨਿਕਲਣ ਗਿਆ। ਗੰਦ ਦੇਖੋ ਯਾਰ ਕਿੰਨਾ ਨਿਕਲਿਆ, ਜੇ ਤੁਹਾਨੂੰ ਖੁੱਲ੍ਹਾ ਆਹ ਨਿਕਲਿਆ, ਸਾਈਡ ਕਰ ਇਹਨੂੰ ਸਾਈਡ ਕਰ। ਹੁਣ ਫਿਰ ਇਹਦੇ 'ਚ ਪਾਉਂਦੇ ਹਾਂ ਤੈਨੂੰ ਜੂਸ ਨੂੰ, ਫਿਰ ਪਾ ਸਾਰਾ ਪਾ ਦਿੰਦੇ ਠੀਕ। ਹਾਂ ਜੀ ਇਹਦਾ ਗੰਦ ਯਾਰ ਸਾਰਾ ਜੂਸ ਨਿਕਲ ਚੁੱਕਿਆ ਠੀਕ ਹੈ, ਅਤੇ ਹੁਣ ਇਹ 'ਚ ਪਾਵਾਂਗੇ ਯਾਰ ਆਪਾਂ ਬਰਫ, ਫਿਰ ਟੇਸਟ ਕਰਕੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਦਾ ਟੇਸਟ ਆਦਾ ਠੀਕ ਹੈ। ਅਤੇ ਹਾਂ ਜੀ ਮਿੱਤਰੋ ਬਰਫ ਲੈਂਦੀ ਆ ਵੇਖੋ ਠੀਕ ਹੈ, ਅਤੇ ਆਹ ਪਾ ਦਿੰਦੇ ਹਾਂ, ਇਹਨੂੰ ਹੋਰ ਥੋੜ੍ਹਾ ਪੀਸ ਤੋੜ ਦਿੰਦੇ ਹੁੰਦੇ ਠੀਕ ਹੈ। ਇੰਨੀ ਕੀ ਬੜੀ ਹੈ ਯਾਰ, ਇੰਨੀ ਵਧੀਆ ਬਰਫ ਇੰਨੀ ਆਪਾਂ ਰੱਖ ਲਈਏ। ਹਾਂਜੀ ਮਿੱਤਰਾਂ ਹੁਣ ਕਾਲਾ ਲੂਣ ਪਾ ਲੈਂਦੇ ਹਾਂ ਵਿੱਚ ਠੀਕ ਜੀ, ਕਾਲਾ ਲੂਣ ਪਾ ਤਾ ਵਾ, ਹੁਣ ਥੋੜ੍ਹਾ ਵਾਈਟ ਵੀ ਪਾ ਲੈਂਦੇ ਹਾਂ। ਚਲੋ ਬੜਾ ਇੰਨਾ ਠੀਕ ਹੈ, ਇਹਨੂੰ ਇੱਕ ਵਾਰੀ ਘੋਲ ਦਈਏ ਫਿਰ ਟੇਸਟ ਕਰਦੇ ਹਾਂ ਕਿਵੇਂ ਦਾ ਸਵਾਦ ਹੈ ਇਹਦਾ ਠੀਕ ਜੀ। ਬੜਾ ਘੋਲ ਦਈਏ ਤਾਂ ਜੀ ਮਿੱਤਰੋ, ਹੁਣ ਘੋਲ ਕੇ ਹੁਣ ਟੇਸਟ ਕਰਦੇ ਹਾਂ, ਘੋਲ ਗਈ ਹੈ ਫਿਰ ਟੇਸਟ ਕਰਾਉਂਦੇ ਹਾਂ ਪਹਿਲਾਂ ਰਘੂ ਨੂੰ ਠੀਕ ਜੀ। ਚੱਲ ਪੀ ਰਘੂ ਦੱਸ ਟੇਸਟ ਕਿਵੇਂ ਦਾ, ਸਹੀ ਆ ਲੂਣ ਲਾਣ ਹੁਣ ਤੂੰ ਪੀ ਕੇ ਵੇਖ ਓਏ ਕੀ ਸਵਾਦ ਆ ਘੈਂਟ। ਚੱਲ ਠੀਕ ਹੈ ਅਤੇ ਹਾਂ ਜੀ ਮਿੱਤਰੋ ਹੁਣ ਆਪਾਂ ਟੇਸਟ ਕਰਕੇ ਵੇਖਦੇ ਹਾਂ ਕਿਵੇਂ ਦਾ ਸਵਾਦ ਆ। ਅਤੇ ਹਾਂ ਜੀ ਮਿੱਤਰੋ ਟੇਸਟ ਕਰਕੇ ਵੇਖਦਾ ਵਾ ਮੈਂ ਕਿਵੇਂ ਦਾ ਸਵਾਦ ਹੈ, ਪੂਰਾ ਸਵਾਦ ਹੈ ਜੀ ਯਾਰ, ਆਨੰਦਦਾਰ ਜੂਸ ਜੀ ਯਾਰ, ਪੂਰਾ ਘੈਂਟ ਜੂਸ ਸਵਾਦ ਹੈ ਯਾਰ, ਪੂਰਾ ਘੈਂਟ ਬਣਿਆ ਵਾ। ਬਾਕੀ ਲੋਕ ਯਾਰ ਸਪਰਾਈਟ ਪਾਉਂਦੇ ਪਰ ਆਪਾਂ ਕਿਹਾ ਨਹੀਂ ਆਪਾਂ ਇਹਨੂੰ ਹੈਲਦੀ ਬਣਾਉਣਾ ਵਾ, ਅਤੇ ਹੈਲਦੀ ਬਣਿਆ ਵਾ, ਆਪਾਂ ਸਪਰਾਈਟ ਸਪਰੂਟ ਕੋਈ ਨਹੀਂ ਪਾਈ, ਨਾ ਕੋਈ ਜੂਸ ਪਾਇਆ, ਬਸ ਲੂਣ ਪਾਇਆ ਅਤੇ
ਪਰ ਭਾਈ ਤੁਹਾਨੂੰ ਪਤਾ ਹੀ ਹੈ ਬਾਕੀ ਪੂਰਾ ਘੈਂਟ ਬਣਿਆ ਯਾਰ ਸਵਾਦ ਸਵਾਦ ਬਣਿਆ ਯਾਰ ਪੂਰਾ ਘੈਂਟ ਬਣਿਆ ਜੂਸ। ਹਾਂਜੀ ਮਿੱਤਰੋ ਰਘੂ ਵੇਖ ਲਓ ਦੂਸਰਾ ਗਲਾਸ ਪੀਣ ਦਾ ਪੂਰਾ ਘੈਂਟ ਲੱਗਾ ਯਾਰ ਰਘੂ ਨੂੰ ਦੇਖ ਘੈਂਟ ਆ ਪੂਰਾ ਸਵਾਦ ਹੈ ਯਾਰ। ਅਤੇ ਹਾਂਜੀ ਮਿੱਤਰੋ ਯਾਰ ਜੂਸ ਪੂਰਾ ਘੈਂਟ ਬਣਿਆ ਯਾਰ ਮੈਨੂੰ ਲੱਗਦਾ ਨਹੀਂ ਸੀਗਾ ਇੰਨਾ ਘੈਂਟ ਬਣੂਗਾ ਪਰ ਪੂਰਾ ਯਾਰ ਸਵਾਦ ਬਣਿਆ ਵਾ ਆਪਾਂ ਤਾਂ ਯਾਰ ਰੋਜ਼ ਬਣਾ ਲਿਆ ਕਰਨਾ ਯਾਰ ਪੂਰਾ ਘੈਂਟ ਬਣਿਆ ਜੂਸ ਯਾਰ ਨਾਲ ਹੈਲਦੀ ਵੀ ਆ ਅਤੇ ਸਵਾਦ ਵੀ ਆ। ਇਹਨਾਂ ਨੂੰ ਪੁੱਛਦੇ ਹਾਂ ਕਿੰਦਾ ਦਾ ਸਵਾਦ 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 ਪੂਰਾ ਘੈਂਟ ਸੀ ਯਾਰ ਆਪਾਂ ਝੂਠ ਨਹੀਂ ਮਾਰਦੇ ਪੂਰਾ ਘੈਂਟ ਸਵਾਦ ਸੀ ਯਾਰ। ਅਤੇ ਹਾਂਜੀ ਮਿੱਤਰੋ ਹੁਣ ਵਲੋਗ ਨੂੰ ਐਂਡ ਕਰਦੇ ਹਾਂ ਜੇ ਵਲੋਗ ਵਧੀਆ ਲੱਗਿਆ ਤਾਂ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਅਗਲੋ 'ਚ ਬਾਏ ਟੇਕ ਕੇਅਰ।